ਮੇਰੇ ਪੁੱਤਾ ਮੁਰਗਾ ਮੇਰਾ ਭਰਾ। ਜਲਦੀ ਘਰ ਆ ਜਾਣਾ, ਮੈਨੂੰ ਪਰਮਾਤਮਾ ਨੇ ਬਹੁਤ ਹੌਸਲਾ ਦਿੱਤਾ ਹੋਇਆ। ਮੇਰਾ ਭਰਾ ਲੱਭ ਦੋ, ਮੇਰਾ ਭਰਾ ਲੱਭ ਦੋ, ਜਿੱਥੋਂ ਮਰਜ਼ੀ ਲੱਭ ਦੋ। ਅੰਮ੍ਰਿਤਸਰ ਦਾ ਨੌਜਵਾਨ ਜਿਸਨੇ ਪੜ੍ਹਾਈ ਕੀਤੀ, ਉਸ ਤੋਂ ਬਾਅਦ ਮਰਚੈਂਟ ਨੇਵੀ ਵਿੱਚ ਇੱਕ ਵੱਡਾ ਮੁਕਾਮ ਹਾਸਲ ਕੀਤਾ, ਸੈਕਿੰਡ ਆਫਿਸਰ ਹਰਜੋਤ ਸਿੰਘ, ਜਿਸ ਦੀ ਪਰਿਵਾਰ ਦੇ ਨਾਲ ਪਿਛਲੇ 5 ਦਿਨ ਤੋਂ ਗੱਲ ਨਹੀਂ ਹੋ ਸਕੀ। 16 ਤਰੀਕ ਤੋਂ ਪਰਿਵਾਰ ਨੂੰ ਕੋਈ ਵੀ ਜਿਹੜੀ ਹੈ ਹਰਜੋਤ ਸਿੰਘ ਨੇ ਗੱਲਬਾਤ ਨਹੀਂ ਕੀਤੀ। ਅੰਮ੍ਰਿਤਸਰ ਦਾ ਇਸ ਪੁੱਤਰ ਹੈ ਔਰ ਜਿਸ ਦੀ ਉਡੀਕ ਦੇ ਲਈ ਪਰਿਵਾਰ ਅੱਖਾਂ 'ਚ ਹੰਝੂ ਵਹਾਉਂਦਾ ਔਰ ਪੂਰਾ ਪਰਿਵਾਰ ਬੂਹੇ 'ਤੇ ਨਿਗਾਹ ਲਾ ਕੇ ਬੈਠਾ ਕਿ ਕਦੋਂ ਸਾਡਾ ਪੁੱਤਰ ਵਾਪਸ ਆਏਗਾ ਔਰ ਪੂਰੀ ਗੱਲਬਾਤ ਕੀ ਹੋਈ ਹੈ, ਕਿਉਂਕਿ ਮਰਚੈਂਟ ਨੇਵੀ ਵਿੱਚ ਸੈਕਿੰਡ ਆਫਿਸਰ ਹੋਵੇ ਔਰ ਉਸਦੀ ਇਸ ਤਰ੍ਹਾਂ ਦੇ ਨਾਲ ਲਾਪਤਾ ਦੀ ਖਬਰ ਸੁਣਨ ਨੂੰ ਮਿਲੇ ਤਾਂ ਵਾਕਈ ਅੱਖਾਂ 'ਚੋਂ ਹੰਝੂ ਜ਼ਰੂਰ ਆਉਂਦੇ ਨੇ। ਸਾਡਾ ਇਸ ਵੇਲੇ ਪੂਰਾ ਪਰਿਵਾਰ ਉਹਨਾਂ ਦਾ ਬੈਠਾ ਹੋਇਆ। ਬਾਪੂ ਜੀ, ਹਰਜੋਤ ਇਕਲੌਤਾ ਪੁੱਤਰ ਤੁਹਾਡਾ, ਸੋ ਕਦੋਂ ਨੇਵੀ 'ਚ ਜਾਂਦਾ ਔਰ ਜਿਹੜੀ ਹੈ ਪੂਰੀ ਗੱਲਬਾਤ ਕੀ ਹੋਈ ਹੈ? ਨੇਵੀ 'ਚ 9 ਸਾਲ ਹੋ ਗਏ ਜੀ ਗਏ ਨੇ ਉਹਨੂੰ, ਇਸ ਵਕਤ ਸੈਕਿੰਡ ਆਫਿਸਰ ਬਣ ਕੇ ਗਿਆ ਸੀ। 5 ਮਹੀਨੇ ਹੋ ਗਏ ਉਹਨੂੰ ਸੈਕਿੰਡ ਆਫਿਸਰ ਬਣੇ ਨੂੰ, ਬਸ ਛੁੱਟੀ 'ਤੇ ਆਉਣ ਵਾਲੇ 6 ਮਹੀਨੇ ਛੁੱਟੀ ਨੇ ਆ ਜਾਣੇ ਘਰ, ਬਸ ਛੁੱਟੀ ਆਉਣ ਛੁੱਟੀ ਮੁੜ ਕੇ ਸਾਨੂੰ ਕਿਹਾ ਵੀ ਮੈਂ ਡੈਡੀ ਛੁੱਟੀ ਆਉਣ ਲੱਗਾ, ਤੁਹਾਨੂੰ ਘੁੰਮਾਉਣ ਲੈ ਕੇ ਜਾਵਾਂਗਾ, ਹੇਮਕੁੰਟ ਸਾਹਿਬ ਆਵਾਂਗਾ, ਸ਼੍ਰੀਨਗਰ ਲੈ ਕੇ ਜਾਵਾਂਗਾ। ਸਾਨੂੰ 12 ਵਜੇ ਕਿੰਨੀ ਤਰੀਕ 16 ਤਰੀਕ ਨੂੰ, 17 ਜਨਮ ਦਿਨ ਸੀ ਉਹਦਾ, 16 ਤਰੀਕ ਨੂੰ ਕੋਈ ਮੈਂ ਮੈਸੇਜ ਕੀਤਾ 11:55 ਦੇ, ਮੇਰੇ ਕੋਲ ਹੈਗੀ ਰਿਕਾਰਡਿੰਗ ਇਹਦੀ, 11:55 'ਤੇ ਕੀਤਾ, ਉਹਨੇ ਮੈਸੇਜ ਨਹੀਂ ਦੇਖਿਆ ਮੇਰਾ। ਫਿਰ ਮੈਂ ਉਹਨੂੰ ਕਿਹਾ ਵੀ ਹਾਣੀ ਮੈਸੇਜ ਕਰ, ਤੇਰੀ ਮੰਮੀ ਕਿੰਨਾ ਤੈਨੂੰ ਉਡੀਕਦੀ ਆ ਅਤੇ ਤੂੰ ਮੈਸੇਜ ਕਰ, ਨਹੀਂ ਕੀਤਾ ਕੋਈ ਵੀ। ਫਿਰ ਮੈਨੂੰ 12:00 ਅਤੇ 2-4 ਮਿੰਟ 'ਤੇ ਫਿਰ ਕਾਲ ਕੀਤੀ, ਇਹਨੇ ਨਹੀਂ ਚੁੱਕੀ। ਮੈਂ ਕਿਹਾ ਇਹਦੇ ਛੁੱਟੀ ਹੈਗਾ ਬੰਦਾ, ਕਿੰਨਾ 12 ਵਜੇ ਡਿਊਟੀ ਇਹਦੀ ਸ਼ੁਰੂ ਹੁੰਦੀ ਆ, ਇਹਦੀ 12 ਵਜੇ ਡਿਊਟੀ ਹੁੰਦੀ ਅਤੇ ਇਹਨੇ ਟੈਲੀਫੋਨ ਚੁੱਕ ਲੈਣਾ ਚਾਹੀਦਾ ਇਹਨੂੰ, ਕਿਉਂਕਿ ਉਹਨੂੰ ਖੁਸ਼ੀ ਸੀ ਮੇਰਾ ਜਨਮਦਿਨ ਆ। 16 ਨੂੰ ਇਹਦਾ ਜਨਮਦਿਨ ਅਤੇ 17 ਨੂੰ, ਮਤਲਬ 15 ਮਿੰਟਾਂ ਦਾ, 5-7 ਮਿੰਟ ਦੇ ਵਿੱਚ ਮਤਲਬ ਕਹਿੰਦਾ ਵੀ ਇਹਦਾ ਅਗਲਾ ਦਿਨ ਚੜ੍ਹ ਜਾਣਾ ਸੀਗਾ, ਅਤੇ 12 ਨੂੰ ਇਹਦੀ ਡਿਊਟੀ ਸ਼ੁਰੂ ਹੋਣੀ ਸੀ। ਜਦੋਂ ਇਹਦੀ ਡਿਊਟੀ ਸ਼ੁਰੂ ਹੋਈ ਤਾਂ ਫਿਰ ਵੀ ਟੈਲੀਫੋਨ ਕਰਦੇ, ਫਿਰ ਰਾਤੀ ਮੈਂ ਸਾਰੀ ਰਾਤ ਕਰਦਾ ਰਿਹਾ, ਫੋਨ ਨਹੀਂ ਚੁੱਕੇ। ਮੈਨੂੰ 12:46 'ਤੇ ਕੈਪਟਨ ਦਾ ਫੋਨ ਆਇਆ, ਕਹਿੰਦਾ ਜੀ ਕਹਿੰਦਾ ਤੁਹਾਡਾ ਮੁੰਡਾ ਨਾ ਕਹਿੰਦਾ ਸਮੁੰਦਰ 'ਚ ਕੁੱਦ ਗਿਆ। ਮੈਂ ਕਿਹਾ ਜੀ ਉਹ ਕਿਤਰਾ ਕੁੱਦ ਗਿਆ? ਮੈਂ ਕਿਹਾ ਜੀ ਇਹ ਤਾਂ ਫੇਕ ਨਿਊਜ਼ ਹੈ। ਕਹਿੰਦਾ, ਮੈਂ ਕਿਹਾ ਠੀਕ ਹੈ ਜੀ ਕੋਈ ਗੱਲ ਨਹੀਂ। ਕਹਿੰਦਾ ਆਪਣਾ ਨਾਲ ਦੇ ਘਰਦਿਆਂ ਨੂੰ ਦੱਸ ਦਿਓ ਸਾਰਿਆਂ ਨੂੰ। ਮੈਂ ਕਿਹਾ ਮੈਂ ਘਰਦਿਆਂ ਨੂੰ ਦੱਸਾਂਗਾ ਅਤੇ ਮੈਂ ਤਾਂ ਦੱਸਾਂ। ਫਿਰ ਮੈਂ ਉਹਨੂੰ ਦੱਸਿਆ ਵੀ ਇੱਦਾਂ ਇੱਦਾਂ ਮੈਨੂੰ ਫੋਨ ਆਇਆ, ਮੈਂ ਇਹਨਾਂ ਨੂੰ ਉਠਾਇਆ, ਬੱਚਿਆਂ ਨੂੰ ਉਠਾਇਆ, ਕੈਨੇਡਾ ਕੁੜੀ ਸੀ ਉਹਨੂੰ ਵੀ ਕਿਹਾ। ਉਹ ਕਹਿੰਦੀ ਇਹ ਡੈਡੀ ਫੇਕ ਨਿਊਜ਼ ਹੈਗੀ ਆ, ਇਹ ਛੱਡੋ ਤੁਸੀਂ ਇਹਨੂੰ। ਫਿਰ ਵੀ ਸਾਨੂੰ ਤਸੱਲੀ ਨਹੀਂ ਹੋਈ, ਸਾਰੀ ਰਾਤ ਹੀ ਫੋਨ ਕਰਦੇ, ਫੋਨ ਨਹੀਂ ਕੋਈ ਚੁੱਕਿਆ ਗਿਆ। ਉਸ ਤੋਂ ਬਾਅਦ ਫਿਰ ਸਵੇਰੇ ਮੈਨੂੰ 8:30 ਦਾ ਕੈਪਟਨ ਦਾ ਫੋਨ ਆਇਆ, ਇਹ ਉਹਦਾ ਕੋਈ ਪਤਾ ਨਹੀਂ ਚੱਲਿਆ। ਫਿਰ ਮੈਂ ਥੋੜ੍ਹਾ ਅਲਰਟ ਹੋਇਆ, ਮੈਂ ਕਿਹਾ ਫਿਰ ਮੈਂ ਗਿਆ ਅਤੇ ਮੈਂ ਗਿਆ ਕੰਮ ਤਰਨ ਤਰਨ ਜਾ ਰਿਹਾ, ਫਿਰ ਮੈਂ ਵਾਪਸ ਆ ਗਿਆ ਉਹਨੂੰ ਕਹਿ ਕੇ। ਫਿਰ ਇਹਦਾ ਕੋਈ, ਅਸੀਂ ਗਏ ਸੀ ਇਹ ਸਮਾਨ ਦੇਣ ਵਾਸਤੇ ਚੇਨਈ, ਉੱਥੋਂ ਦਾ ਕੋਈ ਬੰਦਾ ਸੀਗਾ ਕੰਪਨੀ ਦਾ, ਅਸੀਂ ਉਹਦੇ ਨਾਲ ਕੰਟੈਕਟ ਕੀਤਾ, ਮੇਰੇ ਕੋਲ ਨੰਬਰ ਕੁੜੀ ਨੇ ਕੈਨੇਡਾ ਨੇ ਭੇਜਿਆ, ਉਹਦਾ ਕੰਟੈਕਟ ਹੈਗਾ ਜੀ ਮੇਰੇ ਕੋਲ, ਉਹਨੇ ਨੰਬਰ ਭੇਜਿਆ ਅਤੇ ਉਹਨੂੰ ਪੁੱਛਿਆ, ਕਹਿੰਦਾ ਨਹੀਂ, ਉਹ ਕਹਿੰਦਾ ਇਸ ਤਰ੍ਹਾਂ ਕੰਪਨੀ ਦਾ ਕੋਈ ਨਹੀਂ ਬੰਦਾ ਕਰ ਸਕਦਾ, ਤੁਹਾਡੇ ਵਾਂ ਵੀ ਮਿਸਗਾਈਡ ਕੀਤਾ ਗਏ ਨੇ। ਉਸ ਤੋਂ ਬਾਅਦ ਫਿਰ ਫੋਨ ਕੀਤਾ, ਕਹਿੰਦਾ ਨਹੀਂ ਹੁਣ ਮੈਂ ਪਤਾ ਲੱਗਾ ਕੋਈ ਜਹਾਜ਼ 'ਚ ਹਿਲਜੁਲ ਹੋਈ ਆ, ਉਹ ਬੰਦਾ ਕਹਿੰਦਾ ਮੇਰੇ ਕੋਲ ਨੰਬਰ ਉਹਦਾ ਹੈਗਾ। ਉਸ ਤੋਂ ਬਾਅਦ ਫਿਰ ਹਿਲਜੁਲ ਹੋਈ ਆ ਅਤੇ ਫਿਰ ਅਸੀਂ ਫਿਰ ਕੈਪਟਨ ਨੂੰ ਕਰਦੇ ਰਹੇ ਫੋਨ। ਫਿਰ ਕੈਪਟਨ ਨੇ ਕਿਹਾ ਵੀ ਤੁਸੀਂ ਮੈਨੂੰ ਫੋਨ ਨਹੀਂ ਕਰਨਾ, ਇੱਕ ਸੰਜੀਵ ਹੰਡਾ ਉਹਦਾ ਨੰਬਰ ਲਓ, ਸਾਰਾ ਇੱਕ ਜਣਾ ਗੱਲ ਕਰੋ ਜਿਹਨੇ ਕਰਨੀ ਹੈ।
ਘਰ ਦੇ ਵਿੱਚੋਂ। ਉਹ ਫਿਰ ਮੇਰਾ ਵੱਡਾ ਜਵਾਈ ਹੈ ਡਾਕਟਰ ਅਮਰਤੇਜ ਸਿੰਘ, ਉਹ ਉਹਨੇ ਰਾਬਤਾ ਕਾਇਮ ਕੀਤਾ, ਉਹਨੂੰ ਕਿਹਾ ਵੀ ਤੂੰ ਉਹਦੇ ਨਾਲ ਗੱਲ ਕਰ, ਕਿਉਂਕਿ ਮੈਂ ਤਾਂ ਅਨਪੜ੍ਹ ਹੈਗਾ, ਮੈਨੂੰ ਤਾਂ ਕੀਤਾ ਨਹੀਂ, ਮੈਨੂੰ ਇੰਨਾ ਪਤਾ ਨਹੀਂ ਗਾ, ਮੈਂ ਤਾਂ ਟੈਕਸੀ ਡਰਾਈਵਰ ਹੈ। ਇੰਨਾ ਕਰਕੇ ਪਤਾ ਲੱਗਾ ਕੁਝ, ਬਾਪੂ ਜੀ ਰੋਵੋ ਨਾ, ਕੀ ਕੀ ਗੱਲ ਹੁਣ ਤੱਕ ਕਿਸੇ ਸਰਕਾਰ ਨੇ ਬਾਂਹ ਫੜੀ ਹੈ ਜਾਂ ਕੁਝ? ਕੋਰਸ ਕਰਦਾ ਗਿਆ ਕਰਦਾ ਗਿਆ, ਕਦੀ ਦਿੱਲੀ ਜਾਣਾ, ਕਦੀ ਲਖਨਊ ਜਾਣਾ, ਕਦੀ ਕਦੀ ਜਾਣਾ ਉਹਨੇ ਦਿੱਲੀ, ਬੰਬੇ ਜਾਣਾ, ਕਦੀ ਕਲਕੱਤੇ ਜਾਣਾ ਕੋਰਸ ਕਰਨ ਵਾਸਤੇ। ਸਾਡੇ ਕੋਲ ਪੈਸੇ ਵੀ ਨਹੀਂ ਸੀ ਇੰਨੇ ਹੁੰਦੇ, ਅਸੀਂ ਪੈਸੇ ਘੱਟ ਖਰਚ ਕਰਕੇ ਉਹਨੂੰ ਭੇਜਦੇ ਸਾਂ ਵੀ ਚੱਲ ਕੋਈ ਨੀ ਕਾਕਾ ਕੋਰਸ ਕਰੀ ਜਾ। ਤੂੰ ਕੋਰਸ ਕਰੀ ਗਿਆ ਕਰੀ ਗਿਆ ਤਾਂ ਇੱਥੋਂ ਤੱਕ ਪਹੁੰਚਿਆ, ਤੇ ਸਾਡੇ ਨਾਲ ਹਾਲਤ ਹੋ ਗਈ ਸਾਡੀ। ਸਾਡਾ ਮੁੰਡਾ ਬੜਾ ਨੇਕ ਸੀ, ਉਹ ਕਦੀ ਵੀ ਆਪਣਾ ਕੰਮ ਕਰ ਸਕਦਾ ਜ਼ਿੰਦਗੀ 'ਚ ਨਹੀਂ ਸੋਚਦਾ ਇਹਦਾ, ਜਿਹੜੀਆਂ ਤਿੰਨ ਭੈਣਾਂ ਹੁਣ ਇੱਕ ਭਰਾ ਆਵੇ, ਉਹ ਭੈਣਾਂ ਨਾਲ ਇੰਨਾ ਪਿਆਰ ਕਰਦਾ ਸੀ, ਆਪਣੇ ਆਪਣੇ ਭੰਜ ਨੇ ਇੰਨਾ ਪਿਆਰ ਕਰਦਾ ਸੀ, ਹਿਸਾਬ ਕੋਈ ਉਹ ਕਿਤਨਾ ਕਰ ਸਕਦਾ ਇਹ ਕੰਮ, ਕੋਈ ਨਹੀਂ ਕਰ ਸਕਦਾ। ਮੈਨੂੰ ਕਹਿੰਦਾ ਛਾਲ ਮਾਰੀ ਕਿਤਨਾ ਮਾਰ ਸਕਦਾ, ਅਸੀਂ ਮੰਨ ਨਹੀਂ ਸਕਦੇ ਜਿੰਨੀ, ਸਾਡਾ ਸਾਰਾ ਪਰਿਵਾਰ ਸਾਰੀ ਜੇਲ੍ਹ, ਸਾਡੇ ਗਲੀ ਮੁਹੱਲੇ ਜਿੰਨੇ ਵੀ ਆ ਕੋਈ ਨਹੀਂ ਮੰਨ ਸਕਦੇ। ਸਾਡੀ ਗਲੀ 'ਚ ਇੰਨਾ ਪਿਆਰ, ਜਿਹੜਾ ਕੋਈ ਹੁੰਦਾ ਸੀ ਕੋਈ ਤਾਂ ਦੁੱਖ ਵੇਖਦਾ ਸੀ, ਉਹਨੇ 500 ਫੜਾ ਦਿੰਦਾ ਸੀ, ਸਾਡੀਆਂ ਭੈਣਾਂ ਨੂੰ ਦੇ ਦਿੰਦਾ ਸੀ, ਸਾਡੀ ਸਾਡੇ ਮੇਰੇ ਸਹੁਰੇ ਘਰ ਮਾਰ ਨੂੰ ਦੇ ਆਉਂਦਾ ਸੀਗਾ। ਕਹਿੰਦਾ ਨਹੀਂ ਕੋਈ ਨਹੀਂ ਮੰਮੀ, ਜਿਹੜੇ ਪੈਸੇ ਥੋੜ੍ਹੇ ਜਿਹੇ ਦੇ ਦਿਆ ਕਰੋ, ਕੋਈ ਗੱਲ ਨਹੀਂ। ਅਤੇ ਬੜਾ ਨੇਕ ਸੀ ਮੁੰਡਾ, ਬਹੁਤ ਜ਼ਿਆਦਾ ਨੇਕ ਸੀ ਜੀ, ਛੋਟਾ ਨੇਕ ਨਹੀਂ, ਬਹੁਤ ਵੱਡਾ ਸੀ। ਔਰ ਆਸ ਹੈਗੀ ਮੁੰਡੇ ਦੇ ਵਾਪਸ ਆਉਣ ਦੀ, ਕੁਛ ਪਤਾ ਲੱਗ ਰਿਹਾ, ਦੱਸ ਰਿਹਾ ਕੋਈ ਕੁਛ? ਵਾਪਸ ਆਉਣ ਦੀ ਆਸ ਹੈਗੀ ਜੀ, ਆਸ ਵਾਸਤੇ ਤੇ ਬੰਦਾ ਜਿੰਦਾ ਵਾਸਤੇ ਤੇ ਬੈਠੇ ਆ, ਆਸ ਆਏਗਾ ਮੁੰਡਾ ਮੇਰਾ ਆਏਗਾ। ਅਸੀਂ ਕਹਿੰਦੇ ਕੋਸ਼ਿਸ਼ ਕਰੋ, ਸਾਰੇ ਦਾਤਾ ਕਰੋ ਮੇਰੀਆਂ, ਮੇਰੇ ਮੁੰਡੇ ਦੀਆਂ, ਜਿਹੜਾ ਮੁੰਡਾ ਇਸ ਵੇਲੇ ਹਾਲਤ ਜਿਹੜੀ ਪਰਿਵਾਰ ਦੀ ਪੂਰੀ ਨਾਜ਼ੁਕ ਹੈ, ਕਿਉਂਕਿ ਉਡੀਕ ਕਰ ਰਹੇ ਕਿ ਮੇਰਾ ਪੁੱਤਰ ਵਾਪਸ ਆਵੇ। ਸੈਕਿੰਡ ਆਫਿਸਰ ਬਣਨਾ ਬਹੁਤ ਵੱਡੀ ਗੱਲ ਹੈ, ਔਰ ਇੰਨੀ ਤਰੱਕੀ ਹਾਸਲ ਕਰਨ ਤੋਂ ਬਾਅਦ ਔਨ ਡਿਊਟੀ ਇਸ ਤਰ੍ਹਾਂ ਦਾ ਹਾਦਸਾ ਹੋਇਆ। ਮਾਤਾ ਜੀ ਬਹੁਤ ਔਖਾ ਸਮਾਂ ਇਸ ਵੇਲੇ, ਕਿਉਂਕਿ ਉਡੀਕ ਕਰਦੇ ਪਏ ਹੋ ਬਾਪੂ ਜੀ, ਜਿਵੇਂ ਅੱਖਾਂ ਨਮ ਨੇ ਪੂਰੀਆਂ। ਸੋ ਕੀ ਅਰਦਾਸ ਕਰਦੇ ਹੋ ਮਾਲਕ ਨੂੰ, ਔਰ ਬਾਕੀ ਸ਼ਹਿਰ ਨੂੰ, ਬਾਕੀ ਪੂਰੇ ਪੰਜਾਬ ਨੂੰ ਕੀ ਕਹਿੰਦੇ ਹੋ ਕਿ ਅਰਦਾਸਾਂ ਕਰਨ ਕਿ ਪੁੱਤਰ ਵਾਪਸ ਆਵੇ? ਮੈਂ ਆਪਣੇ ਪੁੱਤਰ ਵਾਸਤੇ ਸਾਰੇ ਪੰਜਾਬ ਦੇ ਲੋਕਾਂ ਨੂੰ ਅਰਦਾਸ ਕਰਨ ਵਾਲ ਕਹਿੰਦੀ, ਮੈਂ ਬੜੀ ਆਸ ਬੰਦ ਕਿ ਮੇਰਾ ਬੱਚਾ ਜਲਦੀ ਘਰ ਆ ਜਾਣਾ। ਮੈਨੂੰ ਪਰਮਾਤਮਾ ਨੇ ਬਹੁਤ ਹੌਸਲਾ ਦਿੱਤਾ ਹੋਇਆ ਵਾ, ਇਹ ਮਾਲਕਾ ਜੇ ਤੂੰ ਮੈਨੂੰ ਦਿੱਤਾ ਸੀ ਮੈਂ ਪਾਲਿਆ ਵਾ, ਹੁਣ ਮੇਰਾ ਬੱਚਾ ਤੁਹਾਡੇ ਹੱਥ ਵਸਿਆ ਅਤੇ ਤੁਸੀਂ ਉਹਨੂੰ ਜਲਦੀ ਤੋਂ ਜਲਦੀ ਘਰ ਲਿਆਉਣਾ ਵਾ। ਮੈਨੂੰ ਵਾਸ ਆ, ਮੇਰੇ ਮਾਲਕ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਹੋਇਆ ਵਾ। ਮੈਂ ਤਾਂ ਇਹੀ ਅਰਦਾਸਾਂ ਕਰੂੰ ਕਿ ਜਿਹੜਾ ਮੇਰੀ ਆਵਾਜ਼ ਸੁਣਦਾ ਵਾ ਮੇਰੇ ਬੱਚੇ ਵਾਸਤੇ ਅਰਦਾਸਾਂ ਕਰਨ, ਸੱਚੇ ਪਾਤਸ਼ਾਹ ਮੇਰਾ ਪੁੱਤ ਜਲਦੀ ਘਰ ਜਾ ਜੇ। ਮੇਰੀ ਉਹਦੇ ਨਾਲ ਸ਼ਾਮੀ 5 ਵਜੇ ਗੱਲ ਹੋਈ ਆ, 5 ਵਜੇ ਸ਼ਾਮੀ ਮੇਰੇ ਨਹੀਂ, ਉਦਣ ਸ਼ਨੀਵਾਰ ਕਿੰਨੇ ਫਾਦਰ ਡੇ, ਉਦਣ 5 ਵਜੇ ਗੱਲ ਹੋਈ ਸਾਰਿਆਂ ਨਾਲ, ਉਹਦੇ ਪਾਪਾ ਨਾਲ ਹੋਈ ਆ, ਮੇਰੇ ਨਾਲ ਹੋਈ ਆ, ਉਹਦੀ ਭੈਣ ਨਾਲ ਹੋਈ ਆ, ਜੀਜੇ ਨਾਲ ਹੋਈ ਆ, ਸਾਰਿਆਂ ਨਾਲ ਗੱਲ ਹੋਈ ਆ। ਉਹੀ ਰਾਤ ਪਤਾ ਨਹੀਂ ਕੀ ਰੱਬ ਨੇ ਭਾਣਾ ਵਰਤਾਤਾ ਵਾ, ਕੀ ਚੱਕਰ ਚੱਲਿਆ ਵਾ, ਸਾਨੂੰ ਇਹ ਚੀਜ਼ ਦੀ ਸਮਝ ਨਹੀਂ ਆਉਂਦੀ। ਅਤੇ ਅਰਦਾਸਾਂ ਕਰੋ ਮੇਰਾ ਬੱਚਾ ਜਲਦੀ ਘਰ ਆ ਜਾਵੇ। ਸੱਚੇ ਪਾਤਸ਼ਾਹ ਮੈਂ ਕਹਿੰਦੀ ਮੇਰਾ ਬੱਚਾ ਲੱਭ ਕੇ ਦਿਓ, ਮੈਂ ਉਹਨਾਂ ਨੂੰ ਇਹੋ ਅਰਦਾਸਾਂ ਕਰਦੀ ਹਾਂ ਰਾਤ ਦਿਨ। ਸੱਚੇ ਪਾਤਸ਼ਾਹ ਮਾਲਕ ਅੱਗੇ ਮੇਰੇ ਬੱਚੇ ਦੀਆਂ ਲੰਬੀਆਂ ਉਮਰਾਂ ਕਰੇ, ਸੱਚੇ ਪਾਤਸ਼ਾਹ ਨੂੰ ਤੰਦਰੁਸਤੀ ਦੇਵੇ, ਚੜ੍ਹਦੀ ਕਲਾ 'ਚ ਕਰੇ ਮਾਲਕ। ਮੈਂ ਅਰਦਾਸਾਂ ਕਰਦੀ ਹਾਂ ਮਾਲਕ ਅੱਗੇ, ਤੁਹਾਡੇ ਭੈਣ ਭਰਾਵਾਂ ਅੱਗੇ ਅਰਦਾਸਾਂ ਕਰਕੇ ਮੇਰੇ ਬੱਚੇ ਦੀਆਂ ਲੰਬੀ ਉਮਰ ਦੀਆਂ ਅਰਦਾਸਾਂ ਕਰੋ ਮਾਲਕ ਦੇ ਅੱਗੇ। ਜਿਸ ਵੀ ਧਰਮ ਨੂੰ ਕੋਈ ਮੰਨਦਾ ਉਸ ਧਰਮ ਨੂੰ ਮੰਨ ਕੇ ਮੇਰੇ ਬੱਚੇ ਦੀਆਂ ਅਰਦਾਸਾਂ ਕਰੋ ਸੱਚੇ ਪਾਤਸ਼ਾਹ ਮਾਲਕ। ਸਾਰੇ ਧਰਮ ਇੱਕ ਹੀ ਨੇ,
ਮਾਲਕ ਇੱਕ ਹੀ ਆ, ਅਰਦਾਸਾਂ ਕਰੋ ਮੇਰਾ ਬੱਚਾ ਜਲਦੀ ਘਰ ਆ ਜਾਵੇ, ਉਹ ਕਿਸੇ ਦਾ ਹੱਥ ਆ ਗਿਆ ਹੋਵੇ, ਦੋ ਦਿਨਾਂ ਨੂੰ ਚੌਂ ਦਿਨਾਂ ਨੂੰ ਮੇਰੇ ਘਰ ਆ ਜਾਵੇ ਜਲਦੀ। ਮੈਨੂੰ ਇਹੀ ਆਸ ਆ ਕਿ ਉਹ ਬੱਚਾ ਮੇਰਾ ਕਿਸੇ ਦੇ ਹੱਥ ਆ ਗਿਆ ਵਾ, ਉਹ ਜਿਹੜੇ ਹੁੰਦੀਆਂ ਮੱਛੀਆਂ ਫੜਨ ਵਾਲੇ ਉਹਨਾਂ ਦੇ ਹੱਥ ਆ ਗਿਆ ਵਾ, ਉਹਨਾਂ ਦੇ ਕੋਲ ਵਾ, ਉਹ ਸੂਰਤ ਵਿੱਚ ਨਹੀਂ ਲੱਗਦਾ ਮੈਨੂੰ, ਸੂਰਤ ਹੋਊਗਾ। ਮੈਨੂੰ ਆਸ ਹੈ ਸੱਚੇ ਪਾਤਸ਼ਾਹ ਮਾਲਕ ਆਪਣੇ ਪਿਓ ਉੱਤੇ ਕਿ ਮੇਰਾ ਬੱਚਾ ਜਲਦੀ ਘਰ ਆਵੇਗਾ। ਅਸੀਂ ਵੀ ਇਹੀ ਅਰਦਾਸਾਂ ਕਰਦੇ ਹਾਂ ਕਿ ਬੱਚਾ ਘਰ ਆਵੇ। ਭੈਣ ਨੂੰ ਇੱਕ ਆਸ ਹੁੰਦੀ ਹੈ ਕਿ ਭਰਾ ਦੇ ਰੱਖੜੀ ਬੰਨੀ ਹੈ, ਰੱਖੜੀ ਵੀ ਨੇੜੇ ਹੈ, ਭੈਣ ਦੀ ਅਰਦਾਸ ਬਹੁਤ ਜਲਦੀ ਲੱਗਦੀ ਹੈ। ਕੀ ਇੱਕੋ ਦਮ ਭਾਣਾ ਵਰਤਿਆ ਕਿ ਰਾਬਤਾ ਟੁੱਟ ਗਿਆ, ਗੱਲਬਾਤ ਨਹੀਂ ਹੋਈ, ਕਿਵੇਂ ਦਾ ਸੁਭਾਅ ਸੀ ਉਹਦਾ? ਭਾਜੀ ਮੇਰਾ ਤੇ ਸਭ ਤੋਂ ਛੋਟਾ ਸਾਡੇ ਤਿੰਨੋਂ ਭੈਣਾਂ ਦਾ ਭਰਾ ਆ, ਮੈਂ ਸਭ ਤੋਂ ਵੱਡੀ, ਮੇਰੇ ਤੋਂ ਤੇ 13-14 ਸਾਲ ਛੋਟਾ ਆ, ਮੇਰੇ ਤੇ ਪੁੱਤਾਂ ਵਰਗਾ ਮੇਰਾ ਭਰਾ, ਮੇਰੇ ਪੁੱਤਾਂ ਵਰਗਾ ਇੰਨਾ ਨੇਕ ਮੁੰਡਾ, ਕਦੀ ਮੈਂ ਕਹਿੰਦੀ ਹਰ ਮਾਂ ਪਿਓ ਨੂੰ ਹਰ ਭੈਣ ਨੂੰ ਮਿਲਿਆ ਮੇਰਾ ਭਰਾ, ਇੰਨਾ ਵਧੀਆ ਮੇਰਾ ਭਰਾ, ਕੋਈ ਕਹਿੰਦੀ ਆਦ ਨਹੀਂ, ਕਦੀ ਕੋਈ ਕਹਿਣਾ ਨਹੀਂ ਮੋੜਿਆ ਉਹਨੇ ਸਾਡਾ, ਕਦੀ ਕੋਈ ਗੱਲ ਇਹੋ ਜਿਹੀ ਨਹੀਂ ਹੋਈ ਕਿ ਮੈਂ ਕਵਾਂਗੇ ਮੇਰੇ ਭਰਾ 'ਚ ਕੋਈ ਕਮੀ ਆ। ਬਸ ਵੇਖਲੋ ਮੈਨੂੰ ਇੰਨੀ ਮੇਰੇ ਤੇ ਅਰਦਾਸ ਸੁਣ ਲਓ, ਮੇਰਾ ਭਰਾ ਲੱਭ ਦੋ, ਮੇਰਾ ਭਰਾ ਲੱਭ ਦੋ, ਜਿੱਥੋਂ ਮਰਜ਼ੀ ਲੱਭ ਦੋ, ਉੱਥੇ ਕਿਤੇ ਹੈਗਾ ਇਹ, ਪੂਰੇ ਦਿਲ 'ਚ ਆਸ ਰੱਖ ਕੇ ਬੈਠੇ ਹਾਂ, ਸਾਨੂੰ ਸਾਡਾ ਭਰਾ ਲੱਭ ਕੇ ਦੇ ਦਿਓ। ਅਸੀਂ ਤਿੰਨੋਂ ਭੈਣਾਂ ਦੇ ਸਾਡੇ ਤੇ ਪੇਕਾ ਵੀ ਹੋਈ, ਸਾਡਾ ਤੇ ਸਾਰਾ ਕੁਛ ਹੋਈ, ਸਾਨੂੰ ਸਾਡਾ ਭਰਾ ਲੱਭ ਕੇ ਦੇ ਦਿਓ, ਮੇਰੀ ਸਾਰੀ ਸਰਕਾਰਾਂ ਅੱਗੇ ਗੁਜ਼ਾਰਾ, ਉੱਥੇ ਤੱਕ ਅਪਰੋਚ ਕਰੋ ਤੇ ਮੇਰੇ ਭਰਾ ਨੂੰ ਲੱਭ ਕੇ ਦਿਓ, ਉੱਥੇ ਹੈਗਾ ਆ ਕਿਤੇ ਹੈਗਾ ਆ, ਇਹੋ ਜਿਹੀ ਗੱਲ ਥੋੜ੍ਹੀ ਆ, ਮਾਂ ਦੀਆਂ ਅੰਦਰਾਂ ਦੱਸਣ ਦੀਆਂ, ਉਹ ਹੈਗਾ ਆ, ਤੂੰ ਹੈਗਾ ਆ ਕਿਤੇ, ਇਹਨਾਂ ਨੂੰ ਲੱਭਣ ਨਹੀਂ ਦਿਆ, ਇਹਨਾਂ ਨੂੰ ਕਿਉਂ ਨਹੀਂ ਲੱਭਣ ਦਿਆ, ਸਾਨੂੰ ਨਹੀਂ ਪਤਾ ਕੀ ਉਹਦੇ ਨਾਲ ਹੋਇਆ, ਕੀ ਇਹਨਾਂ ਨੇ ਕੀਤਾ, ਕਿੱਥੇ ਉਹਨੂੰ ਭੇਜਿਆ, ਕੀ ਕੀਤਾ, ਸਾਨੂੰ ਨਹੀਂ ਪਤਾ। ਉਹ ਇੰਨਾ ਵਧੀਆ ਸਵੀਮਰ ਆ, ਇੰਨੀ ਪੜ੍ਹਾਈ ਕਰਦਾ, ਇੰਨਾ ਇੰਟੈਲੀਜੈਂਟ, ਤੁਸੀਂ ਕੰਪਨੀ 'ਚੋਂ ਕਿਸੇ ਨੂੰ ਪੁੱਛ ਲਓ, ਜੇ ਕੋਈ ਉਹਦੇ ਬਾਰੇ ਪਿੱਠ ਪਿੱਛੇ ਵੀ ਬੁਰਾ ਬੋਲਦੇ ਕਿ ਕਵੇ ਕਿ ਹਰਜੋਤ ਇਹੋ ਜਿਹਾ ਹੀ। ਸਾਡਾ ਭਰਾ ਬਹੁਤ ਵਧੀਆ ਭਾਜੀ, ਬਹੁਤ ਵਧੀਆ, ਜਿਹੜੇ ਮਰਜ਼ੀ ਕੈਪਟਨ ਨੂੰ ਪੁੱਛ ਲਿਓ, ਜਿੱਥੋਂ ਮਰਜ਼ੀ ਕੰਪਨੀ ਦੇ ਉਹਦੇ ਯਾਰਾਂ ਦੋਸਤਾਂ ਨੂੰ ਪੁੱਛ ਲਿਓ, ਕਰਨਗੇ ਇਹੋ ਜਿਹਾ ਜਿੰਦਾ ਦਿਲ ਬੰਦਾ ਹੀ ਕਦੀ ਵੇਖਿਆ ਹੀ ਨਹੀਂ, ਬਹੁਤ ਵਧੀਆ ਹੈਗਾ, ਕਿਤੇ ਉਹਨਾਂ ਨੂੰ ਕੋ ਸਾਨੂੰ ਲੱਭ ਕੇ ਦੇ ਦਿਓ, ਸਾਡਾ ਭਰਾ ਬਸ ਲੱਭ ਕੇ ਦੇ ਦਿਓ, ਕਿੱਥੋਂ ਮਰਜ਼ੀ ਲੱਭ ਕੇ ਦੇ ਦਿਓ। ਇਹ ਜਿਹੜੀ ਪਰਿਵਾਰ ਦੇ ਨਾਲ ਹੋਈ ਹੈ, ਪਰਮਾਤਮਾ ਕਿਸੇ ਨਾਲ ਨਾ ਕਰੇ, ਜਲਦੀ ਹਰਜੋਤ ਵਾਪਸ ਆਵੇ। ਸਭ ਕਿਵੇਂ ਦਾ ਮਤਲਬ ਉੱਥੇ ਰਹਿਣ ਸਹਿਣ ਸੀਗਾ ਉਹਦਾ, ਔਰ ਕਦੀ ਗੱਲ ਹੋਈ ਕਿ ਸ਼ਿਪ ਦੇ ਵਿੱਚ ਕਦੀ ਕੋਈ ਕਿਸੇ ਨਾਲ ਲੜਾਈ ਝਗੜਾ ਜਾਂ ਕੋਈ ਐਸੀ ਬਹਿਸ ਬਸਾਈ ਜਾਂ ਕੋਈ ਗੱਲ ਹੋਵੇ? ਸਰ ਹਰਜੋਤ ਜਿਹੜਾ ਵੈਸੇ ਵੀ ਜਿਹੜਾ ਕਾਮ ਨੇਚਰ ਦਾ ਹੈਗਾ, ਨੋਟ ਈਵਨ ਅਗਰੈਸਿਵ ਨੇਚਰ, ਔਰ ਇੰਨਾ ਕੁ ਜ਼ਿਆਦਾ ਫਰੈਂਡਲੀ ਹੈਗਾ, ਮੇਰਾ ਖਿਆਲ ਜੇ ਤੁਹਾਨੂੰ ਵੀ ਮਿਲੇਗਾ ਤੁਹਾਨੂੰ ਵੀ ਐਜ਼ ਏ ਫਰੈਂਡ ਉਸੇ ਵੇਲੇ ਡੀਲ ਕਰੇਗਾ, ਔਰ ਇੱਕ ਵਾਰੀ ਤੁਸੀਂ ਉਹਨੂੰ ਮਿਲ ਲਓਗੇ ਉਹਨੂੰ ਕਦੀ ਭੁੱਲੋਗੇ ਨਹੀਂ, ਇੰਨਾ ਫਰੈਂਡਲੀ ਹੈਗਾ ਸਾਰਾ। ਸੋ ਮੀਨ ਉਹ ਮੇਰੇ ਖਿਆਲ 'ਚ ਤਾਂ ਉਹ ਕਿਸੇ ਨਾਲ ਲੜਾਈ ਝਗੜਾ ਕਰਨ ਵਾਲਾ ਹੈ ਹੀ ਨਹੀਂ, ਉਹ ਕਰ ਹੀ ਨਹੀਂ ਸਕਦਾ ਕਿਸੇ ਨਾਲ ਜਿੰਨਾ ਵੀ ਮਿਲਦਾ। ਈਵਨ ਕਈ ਵਾਰੀ ਉਹਦੇ ਨਾਲ ਗੱਲ ਹੋਈ ਆ, ਆਪਣੇ ਪਾਪਾ ਨਾਲ ਗੱਲ ਕਰਦਾ ਵੀ ਪਾਪਾ ਜਿਹੜੇ ਮੇਰੇ ਥੱਲੇ ਕੋਈ, ਕਿਉਂਕਿ ਇਹ ਸੈਕਿੰਡ ਆਫਿਸਰ ਆ, ਇਹਦੇ ਉਦੋਂ ਥੱਲੇ ਜਿਹੜੇ ਫੋਰਮੈਨ ਆ ਜਾਂ ਛੋਟੇ ਥੋੜ੍ਹੇ ਕਰਿਊ ਮੈਂਬਰ ਹੈਗੇ ਆ, ਉਹਨਾਂ ਕੋਲ ਇੰਨੇ ਕੁ ਸੋਰਸਿਸ ਨਹੀਂ ਹੈਗੇ ਕਿ ਉਹ ਚੀਜ਼ਾਂ ਬਾਹਰੋਂ ਲਿਆ ਕੇ ਕਰ ਸਕਣ। ਜਦੋਂ ਇਹਨੂੰ ਸ਼ੋਰ ਪਾਸ ਮਿਲਦਾ ਸੀ ਬਾਹਰ ਜਾਂਦਾ ਸੀ 2-4 ਦਿਨਾਂ ਵਾਸਤੇ, ਜਦੋਂ ਵੀ ਜਾਂਦਾ ਸੀ ਆਪਣਾ ਤਾਂ ਇਹਨੇ ਚਲੋ ਜੋ ਲਿਆਉਣਾ ਹੀ ਲਿਆਉਣਾ, ਉਹਨਾਂ ਸਾਰਿਆਂ ਵਾਸਤੇ ਇਹਨੇ ਸਮਾਨ ਲੈ ਕੇ ਆਉਣਾ, ਜਿੰਨੇ ਵੀ ਕਰਿਊ ਮੈਂਬਰ ਸੀ ਵੀ ਚਲੋ ਇਹਨਾਂ ਨੂੰ ਮੈਂ ਜੋ ਵੀ ਮੈਂ ਜਿੰਨੇ ਜੋਗਾ ਹੈਗਾ ਮੈਂ ਉਹਨਾਂ ਇਹਨਾਂ ਦਾ ਕਰਾਂ। ਸੋ ਉਹ ਤਾਂ ਸਾਰਿਆਂ ਨਾਲ ਪਿਆਰ ਬਣਾ ਕੇ ਰੱਖਣ ਵਾਲਾ ਬੰਦਾ ਹੈ। ਸਰਕਾਰੀ ਦਰਬਾਰੇ ਅਰਜ਼ੀ ਲਾਈ ਹੈ, ਕਿਹਨੂੰ ਕਿਹਨੂੰ ਦਰਖਾਸਤ? ਦਰਬਾਰੇ ਅਸੀਂ ਆਪਣਾ ਅੰਮ੍ਰਿਤਸਰ ਦੇ ਕਮਿਸ਼ਨਰ ਸਾਹਿਬ ਨੂੰ ਲਿਖਿਆ ਹੋਇਆ ਹੈ, ਫਿਰ ਭੁਵਨੇਸ਼ਵਰ ਦੇ ਜਿਹੜਾ ਭੁਵਨੇਸ਼ਵਰ ਜਿੱਥੇ ਗੈਪ ਹੋਇਆ ਉੱਥੋਂ ਦੇ ਉਹਨਾਂ ਦੇ ਚੀਫ ਮਿਨਿਸਟਰ ਨਾਲ ਗੱਲ ਈਮੇਲ 'ਤੇ ਕੀਤੀ ਹੋਈ ਆ,
ਉਹਨਾਂ ਦਾ ਜਿਹੜਾ ਕਮਿਸ਼ਨਰ ਹੈ ਉਹਦੇ ਨਾਲ ਗੱਲ ਕੀਤੀ ਹੋਈ ਆ ਸਾਰੀ, ਮੀਨਸ ਸਾਰਿਆਂ ਉਹਨਾਂ ਨੂੰ ਮੇਲਸ ਵਗੈਰਾ ਕੀਤੀਆਂ ਹੋਈਆਂ ਉਹਨਾਂ ਅੱਗੋਂ ਅਜੇ ਦੇਖਦੇ ਹਾਂ ਕੀ ਕਰਦੇ ਹੋ ਕਾਰਵਾਈ। ਸੋ ਅਸੀਂ ਵੀ ਇਹੀ ਆਸ ਕਰਦੇ ਹਾਂ ਕਿ ਹਰਜੋਤ ਸਿੰਘ ਅੰਮ੍ਰਿਤਸਰ ਦਾ ਪੁੱਤਰ ਜਲਦੀ ਵਾਪਸ ਆਵੇ ਅਤੇ ਪਰਿਵਾਰ ਕੋਲ ਪਹੁੰਚੇ, ਔਰ ਸਰਕਾਰਾਂ ਜਿਸ ਤਰ੍ਹਾਂ ਦੇ ਨਾਲ ਐਕਸ਼ਨ ਲੈ ਰਹੀਆਂ ਨੇ ਉਸ ਨੂੰ ਤੇਜ਼ ਕਰਨ ਅਤੇ ਉਸਦੀ ਭਾਲ ਜਾਰੀ ਰੱਖਣ। ਕੈਮਰਾਮੈਨ ਸ਼ੁਭਮ ਦੇ ਨਾਲ ਹਰਮੀਤ ਸਿੰਘ, ਡੇਲੀ ਪੋਸਟ, ਅੰਮ੍ਰਿਤਸਰ।